हलचल टीवी न्यूज। ਭਾਰਤੀ ਪਾਕ ਬਾਰਡਰ ਦੀ ਜ਼ੀਰੋ ਲਾਈਨ ਤੋਂ ਨਾਰਕੋਟਿਕਸ ਸੈੱਲ ਵੱਲੋਂ ਖੇਮਕਰਨ ਮਿਆਂਵਾਲ ਵਿਖੇ ਤਰਨ ਤਾਰਨ ਵੱਲੋਂ 5 ਕਿਲੋ 660 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਐਸਐਸਪੀ ਧਰੂਵ ਤਈਆ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਵਾਲੀਆ ਤਰਨ ਤਾਰਨ, ਡੀਐਸਪੀ ਕਮਲਜੀਤ ਸਿੰਘ ਤਰਨ ਤਾਰਨ ਤੇ ਏਐਸਆਈ ਗੁਰਦਿਆਲ ਸਿੰਘ ਨੂੰ ਨਾਰਕੋਟਿਕਸ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ कि बीएसएफ पोस्ट मियाँ वाला खेमकन बॉर्डर लाइन से जीरो लाइन तो पार कुछ हैरोइन नप्पी हुई है, जिस तो बाद गुप्त जगह पर जाके तलाशी की गई तो उतों 5 किलो 660 ग्राम हैरोइन बरामद हुई है। अज मानयोग एसएसपी साहब तरन तारण श्री दारू दहिया जी के दिशा निर्देश से जिला तरन तारण पुलिस को एक नारकोटिक के संबंध में वही रिकवरी ਵਿੱਚ ਕਾਮਯਾਬੀ ਹਾਸਲ ਹੋਈ ਹੈ। ਅੱਜ ਸਾਡੇ ਨਾਰਕੋਟਿਕ ਸੈੱਲ ਦੇ ਇੰਚਾਰਜ ਏਐਸਆਈ ਗੁਰਦਿਆਲ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬੀਐਸਐਫ ਪੋਸਟ ਮੀਆਂ ਵਾਲਾ ਬਾਰਡਰ ਲਾਈਨ 'ਤੇ ਜ਼ੀਰੋ ਲਾਈਨ ਤੋਂ ਪਾਰ ਕੁਛ ਹੈਰੋਨ ਨੱਪੀ ਹੋਈ ਹੈ, ਜਿਸ 'ਤੇ ਬਾਹੁਕਮ ਐਸਐਸਪੀ ਸਾਹਿਬ ਸਾਡੇ ਡੀਐਸਪੀ ਸ਼੍ਰੀ ਰਾਜਵੀਰ ਸਿੰਘ ਸਬ ਡਿਵੀਜ਼ਨ ਭਿੱਖੀਵਿੰਡ ਦੀ ਨਿਗਰਾਨੀ ਦੇ ਅਧੀਨ ਪੁਲਿਸ ਪਾਰਟੀ ਨੇ ਬੀਐਸਐਫ ਨੂੰ ਨਾਲ ਲੈ ਕੇ ਉਕਤ ਜਗ੍ਹਾ 'ਤੇ ਤਲਾਸ਼ੀ ਕੀਤੀ ਅਤੇ ਸਾਨੂੰ 5 ਕਿਲੋ 660 ਗ੍ਰਾਮ ਹੈਰੋਨ ਬਰਾਮਦ ਹੋਈ ਹੈ, ਜਿਸ 'ਤੇ ਉਕਤ ਤਫਤੀਸ਼ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਔਰ ਇਸ ਸੰਬੰਧ ਵਿੱਚ ਦੋਸ਼ੀਆਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਭਾਰਤੀ ਹਿੱਸੇ ਦੇ ਵਿੱਚ ਕਰੀਬ 5 ਕਰਮਾਂ ਭਾਰਤੀ ਹਿੱਸੇ ਵਾਲੇ ਪਾਸੇ 1 ਫੁੱਟ ਜ਼ਮੀਨ ਦੇ ਥੱਲੇ ਨੱਪੀ ਹੋਈ ਸੀਗੀ। ਤਿੰਨ ਬੋਤਲਾਂ ਜਿਹੜੀਆਂ ਹੈਗੀਆਂ ਨੇ ਤਿੰਨਾਂ ਬੋਤਲਾਂ ਦੇ ਵਿੱਚ ਨੱਪੀ ਗਈ ਸੀਗੀ ਔਰ ਇਹਨਾਂ ਨੂੰ ਜ਼ਮੀਨ 'ਤੇ ਪੁੱਟ ਕੇ ਅਤੇ ਬਰਾਮਦ ਕੀਤੀ ਗਈ ਹੈ। ਉਹਦੇ ਵਿੱਚ ਇਸ ਤਰ੍ਹਾਂ ਹੈ ਜੀ ਕਿ ਪਾਕਿਸਤਾਨ ਸਾਈਡ ਦੇ ਉੱਤੋਂ ਵੱਡੀ ਮਾਤਰਾ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਗਲਰਾਂ ਵੱਲੋਂ ਕਿ ਵੱਧ ਤੋਂ ਵੱਧ ਜਿਹੜੇ ਨਾਰਕੋਟਿਕ ਡਰੱਗਸ ਹੈਗੇ ਨੇ ਇਸ ਪਾਸੇ ਵੱਲ ਸੁੱਟੇ ਜਾਣ। ਅਸੀਂ ਹਰੇਕ ਮੁਕੱਦਮੇ ਨੂੰ ਡੀਪਲੀ ਦੇਖ ਰਹੇ ਹੈਗੇ ਹਾਂ ਔਰ ਸੀਨੀਅਰ ਅਫਸਰਾਂ ਦੀ ਦਿਸ਼ਾ ਨਿਰਦੇਸ਼ ਅਧੀਨ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਵਿੱਚ ਨਾਮਜ਼ਦ ਜੋ ਪਿੱਛੇ ਵੱਡੇ ਸਮਗਲਰ ਹੈਗੇ ਆ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ। ਤਫਤੀਸ਼ ਦੇ ਵਿੱਚ ਹਰ ਪਹਿਲੂ ਨੂੰ ਵੇਖ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਉਹਦੇ ਵਿੱਚ ਕੁਛ ਚੀਜ਼ਾਂ ਹੈਗੀਆਂ ਨੇ ਜਿਵੇਂ ਇੱਕ ਸਾਡੇ 9 ਕਿਲੋ ਦੀ ਰਿਕਵਰੀ ਹੋਈ ਸੀਗੀ, ਉਹਦੇ ਵਿੱਚ ਗੁਰਲਾਲ ਸਿੰਘ ਨਾਂ ਦਾ ਸਮਗਲਰ ਜਿਹੜਾ ਵਾ ਉਹ ਅਸੀਂ ਅਰੈਸਟ ਕੀਤਾ ਹੈਗਾ ਵਾ ਉਹ ਬਿਲਕੁਲ। ਔਰ ਉਸੇ ਤਰ੍ਹਾਂ ਦੂਸਰੇ ਮੁਕੱਦਮੇ ਜਿਹੜੇ ਅੰਡਰ ਇਨਵੈਸਟੀਗੇਸ਼ਨ ਚੱਲ ਰਹੇ ਆ ਉਹਦੇ ਵਿੱਚ ਵੀ ਦੋਸ਼ੀਆਂ ਨੂੰ ਫੜਨ ਦੇ ਅਸੀਂ ਲੱਗ ਗਏ ਹੈਗੇ। ਜਿਹੜੇ ਜ਼ਮੀਨ ਦੇ ਵਿੱਚ ਦੱਬੇ ਗਏ ਸਾਨੂੰ ਪੁੱਟੀ ਗਏ ਜਾਂ ਰਿਕਵਰੀ ਹੋਈ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਤਫਤੀਸ਼ ਕਰਾਂਗੇ, ਜੇਕਰ ਕੋਈ ਉਹਨਾਂ ਦਾ ਪਾਰਟ ਆਏਗਾ ਤਾਂ ਉਹਨਾਂ ਨੂੰ ਉਸੇ ਮੁਤਾਬਕ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਹੈ। ਹੁਣ ਤੱਕ ਤਰਨ ਤਾਰਨ ਪੁਲਿਸ ਵੱਲੋਂ 1-1-20 ਤੋਂ ਕੁੱਲ 57 ਕਿਲੋ 937 ਗ੍ਰਾਮ ਹੈਰੋਨ ਬਰਾਮਦ ਹੋ ਚੁੱਕੀ ਹੈ। ਮਾਰਕੀਟ ਦੇ ਵਿੱਚ ਤੋਂ 1 ਕੇਜੀ ਜਿਹੜੀ ਹੈਰੋਨ ਆ ਉਹ 5 ਕਰੋੜ ਦੇ ਨਾਲ ਮਾਪੀ ਜਾਂਦੀ ਹੈ ਔਰ ਉਸ ਹਿਸਾਬ ਨਾਲ ਇਹ 25 ਕਰੋੜ ਦੇ ਕਰੀਬ ਇਹਦੀ ਇੰਟਰਨੈਸ਼ਨਲ ਮਾਰਕੀਟ ਆਂਕੀ ਜਾ ਸਕਦੀ ਹੈ।